ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਡਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਅੱਜ ਅਜਨਾਲਾ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਜਿੱਥੇ ਉਹਨਾਂ ਨੇ ਆਪਣੀ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰੀ ਹੈ। ਜਾਣਕਾਰੀ ਮੁਤਾਬਕ ਗੋਲੀ ਮਾਰਨ ਤੋਂ ਬਾਅਦ ਇੰਦਰਪ੍ਰੀਤ ਨੂੰ IVY ਹਸਪੀਟਲ ਵਿਖੇ ਦਾਖਲ ਕੀਤਾ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੰਦਰਪ੍ਰੀਤ ਚੱਡਾ ਦੇ ਪਿਤਾ ਚਰਨਜੀਤ ਸਿੰਘ ਚੱਡਾ ਦੀ ਸਕੂਲ ਦੀ ਪ੍ਰਿੰਸੀਪਲ ਨਾਲ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਸਨ। ਨਹੀਂ, ਅਜੇ ਤੱਕ ਸੂਸਾਈਡ ਹੀ ਹੈ, ਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਇਨਵੈਸਟੀਗੇਸ਼ਨ 'ਚ ਕੋਈ ਹੋਰ ਵੀ ਪਹਿਲੂ ਆ ਗਿਆ ਤਾਂ ਉੱਥੇ ਵੀ ਇਨਵੈਸਟੀਗੇਸ਼ਨ ਕਰ ਰਹੇ। ਇਹ ਮੇਰੇ ਕੋਲ ਆਪਣੇ ਹੋਟਲ ਤੋਂ ਆ ਕੇ ਇੱਥੇ ਏਅਰਪੋਰਟ ਰੋਡ 'ਤੇ ਹੈ ਕੋਈ ਗ੍ਰੀਨ ਏਕੜ ਜਗ੍ਹਾ, ਉੱਥੇ ਦੱਸ ਰਿਹਾ ਡਰਾਈਵਰ ਜੀ। ਨਹੀਂ, ਅਜੇ ਤੱਕ ਕੁਛ ਨਹੀਂ, ਅਜੇ ਦੇਖ ਰਹੇ ਜੀ, ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਜੇ ਤਾਂ ਸਾਨੂੰ ਟਾਈਮ ਮਿਲ। ਇਹਦਾ ਡਰਾਈਵਰ ਸੀ, ਗੱਡੀ 'ਚ। ਹਾਂ, ਕੁਛ ਦੋ ਵਾਰੀ ਜਾਇਆ ਆ, ਬਾਕੀ ਅਜੇ ਕੁਛ ਹੋਰ ਜਿਹੜੇ ਸਿੱਟ ਵੱਲੋਂ ਕੋਈ ਕੁਐਸਚਨਿੰਗ ਸੀਗੀ ਉਹਦੇ ਅਜੇ ਆਨਸਰਿੰਗ ਰਹਿੰਦੀ ਸੀ। ਚਰਨਜੀਤ ਸਿੰਘ ਚੱਡਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਡਾ ਦੀ ਕਾਰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਦੇ ਮੁਤਾਬਿਕ ਇੰਦਰਪ੍ਰੀਤ ਸਿੰਘ ਚੱਡਾ ਨੇ ਆਪਣੀ ਕਾਰ ਵਿੱਚ ਹੀ ਖੁਦਕੁਸ਼ੀ ਕੀਤੀ ਹੈ ਅਤੇ ਉਸ ਵਕਤ ਕਾਰ ਦਾ ਡਰਾਈਵਰ ਵੀ ਨਾਲ ਸੀ। ਅੰਮ੍ਰਿਤਸਰ ਤੋਂ ਜਾਗਰਤੀ ਲਹਿਰ ਦੇ ਲਈ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਹਾਲ ਦੀ ਰਿਪੋਰਟ।